बहुत ही सत्कारयोग अध्यापक साहिबान, दूजी भाषा दे विच सकारात्मक विचारक साहिबान, सारयां नूं प्यार भरी सति श्री अकाल जी। हाँ जी, क्योंकि पंजाब भर तो अध्यापक साहिबान जुड़े होण करके पॉजिटिविटी दे उत्ते गलबात चलती रहिंदी है, तां अज फिर उन्हां दे वार वार कहण दे उत्ते आपां अंतरमन दा कंसैप्ट पॉजिटिव थॉट्स दे नाल जीवन दे विच तब्दीली क्यों नहीं आउंदी वी उहदे बारे आपां विचार करन लगे हां। भी ट्रांसफॉर्मेशन जीवन तब्दीली की मच्छी है जी, किस तरह फड़ी जा सकती है, तो ये सानू जो है अंतरमन के कंसैप्ट के बारे समझना बहुत जरूरी हैगा है। मैं पिछली वीडियो भी गल की भी जो मनुखा शरीर हैगा है मुख्य रूप में इहदियां तीन लेयर है, सब तो उत्ते जी हैगी साडे आ शरीर दिखता पाया दृष्टमान बॉडी है जिहड़ा हड्ड मास का शरीर बनया होया है, उहदे अंदरली लेयर दे विच साडा मनो शरीर है जिन्हों असी मन कह दें, जिहड़ा कि सुपने दे विच तुरिया फिरदा उहदे अंदरली लेयर है साडा अंतरमन है। हुण सारे दा सारा खेल है जिहड़ा इह बाहरी मन ते अंतरमन दा खेल चलदा पिया है। बाहरी मन जिहड़ा अंतरमन है इहदा बाहरी दुनिया दे नाल कोई भी लेना देना नहीं हैगा, ना ही बाहरी दुनिया दे नाल संपर्क है, पर यह जिहड़ा साडा बाहरी मन हैगा है इह साडियां अखां दे विच बैठा होया बाहरी दुनिया दे नाल संपर्क इहदा हुंदा है, है ना। जदों अंतरमन जिहड़ी बाहरी मन है जिहड़ा जिहड़ी भी कमांड अंतरमन नूं दिंदा जां जो भी ये सुनदा बोलदा कहिंदा इहदी छाप है जिहड़ी अंतरमन दे उत्ते पैंदी है, तो अंतरमन ते छाप पै के अंतरमन उस हिसाब दे नाल इहदा जिहड़ा फ्यूचर है वह भविख डिसाइड करता रहिंदा है। तो मैं फिर गल क्लीयर करदा, सारा खेल साडा बाहरी मन ते अंतरमन दा चलदा पिया, इहदा बाहरी दुनिया दे नाल संपर्क हुंदा आ, इहदा बाहरी दुनिया नाल संपर्क नहीं, इत्थों इह बाहरी मन तो जो कमांड लैंदा उस हिसाब दे नाल साडा इह भविख डिसाइड करदा पिया आ। जदों असीं इहनूं विश्वास दिवाउणा हुंदा आ, असल दे विच समस्या कित्थे बन जांदी आ, समस्या इत्थे बनदी आ वी इह बाहरी मन नूं जदों कोई इह कोई सत्यावी विचार सुणदा जां पॉजिटिव थॉट्स सुणदा पर ਇਹ ਯਕੀਨ ਨਹੀਂ ਕਰਦਾ, ਯਕੀਨ ਨਾ ਕਰਨ ਕਰਕੇ ਵਿਚਾਰਾਂ ਨੂੰ ਫਿਲਟਰ ਲਾ ਕੇ ਅੱਗੇ ਟ੍ਰਾਂਸਫਰ ਕਰਦਾ ਆ, ਤਾਂ ਫਿਲਟਰ ਲਗਾ ਕੇ ਟ੍ਰਾਂਸਫਰ ਕਰਨ ਕਰਕੇ ਕੀ ਹੁੰਦਾ ਵੀ ਇੰਨ ਬਿੰਨ ਗੱਲ ਉੱਥੇ ਪਹੁੰਚਦੀ ਨਹੀਂ। ਐਸੇ ਮਨ ਦੇ ਲਈ ਅਸੀਂ ਪ੍ਰੇਰ ਕਰਦੇ ਹਾਂ, ਇਤਨੀ ਸ਼ਕਤੀ ਹਮੇ ਦੇਣਾ ਦਾਤਾ ਮਨ ਕਾ ਵਿਸ਼ਵਾਸ ਕਮਜ਼ੋਰ ਹੋਣਾ, ਕਿਉਂਕਿ ਜਿਹੜਾ ਵਿਸ਼ਵਾਸ ਇਸ ਬਾਹਰੀ ਮਨ ਦਾ ਬਣ ਗਿਆ ਉਹ ਵਿਸ਼ਵਾਸ ਇਹਨੇ ਅੰਤਰਮਨ ਨੂੰ ਟ੍ਰਾਂਸਫਰ ਕਰ ਦੇਣਾ ਔਰ ਅੰਤਰਮਨ ਨੇ ਉਸੇ ਚੀਜ਼ ਨੂੰ ਰਿਐਲਿਟੀ ਦੇ ਵਿੱਚ ਬਦਲ ਦੇਣਾ ਹੁੰਦਾ ਆ, ਕਿਉਂਕਿ ਸਾਡਾ ਜਿਹੜਾ ਅੰਤਰਮਨ ਹੈਗਾ ਆ ਉਹ ਅੰਤਰਮਨ ਹੀ ਸਾਡੇ ਭਵਿੱਖ ਦਾ ਅਸਲ ਕੰਟਰੋਲਰ ਆ, ਸਾਡੀ ਬੋਡੀ ਦਾ ਅਸਲ ਕੰਟਰੋਲਰ ਹੈਗਾ, ਸਾਡੇ ਜੀਵਨ ਦਾ ਅਸਲ ਕੰਟਰੋਲਰ ਹੈਗਾ ਆ। ਜਿਸ ਤਰ੍ਹਾਂ ਬਾਹਰੀ ਮਨ ਜੋ ਨਿਰਦੇਸ਼ ਦਿੰਦਾ ਇਹਨੂੰ, ਜਿਵੇਂ ਮੰਨ ਲਓ ਬਾਹਰੀ ਮਨ ਆ ਜਿਹੜਾ ਵਧੀਆ ਗੱਲਾਂ ਸੁਣਦਾ ਪਿਆ, ਵਧੀਆ ਗੱਲਾਂ ਸੁਣਦਾ ਪਿਆ, ਪਰ ਫਿਲਟਰ ਜਿਹੜਾ ਲਾ ਕੇ ਅੰਦਰ ਟ੍ਰਾਂਸਫਰ ਜਿਹੜੀ ਆ ਆਪਣੇ ਹਿਸਾਬ ਦੇ ਨਾਲ ਕਰਦਾ। ਮੰਨ ਲਓ ਬਾਹਰੀ ਮਨ ਇੱਕ ਗੱਲ ਨੂੰ ਰਿਪੀਟ ਕਰ ਰਿਹਾ ਵੀ ਰੁਪਈਆ ਬਹੁਤ ਮਾਤਰਾ ਦੇ ਵਿੱਚ ਹੈ, ਮੇਰੇ ਕੋਲ ਪੈਸਾ ਬਹੁਤ ਮਾਤਰਾ ਦੇ ਵਿੱਚ ਹੈ, ਪਰ ਉਹ ਜਦੋਂ ਸਰਕਮਸਟਾਂਸਿਸ ਦੇਖਦਾ, ਸਰਕਮਸਟਾਂਸਿਸ ਦੇਖ ਕੇ ਉਹ ਕਹਿ ਦਿੰਦਾ ਵੀ ਨਹੀਂ ਕਿੱਥੇ ਪੈਸਾ ਤਾਂ ਹੈ ਨਹੀਂ ਗਾ, ਮਤਲਬ ਉਹਦੀ ਜਿਹੜੀ ਛਾਪ ਹੈਗੀ ਆ ਉਹ ਗਲਤ ਛਾਪ ਅੰਤਰਮਨ ਦੇ ਉੱਤੇ ਛੱਡਦਾ ਆ। ਹੁਣ ਇਹਦਾ ਕਾਰਨ ਇਹ ਆ ਵੀ ਚੰਗੀਆਂ ਗੱਲਾਂ ਸੁਣ ਕੇ ਵੀ ਜਿਹੜਾ ਜੀਵਨ ਦੇ ਵਿੱਚ ਟ੍ਰਾਂਸਫੋਰਮੇਸ਼ਨ ਆ ਉਹ ਨਹੀਂ ਹੁੰਦੀ, ਇਹਦਾ ਕਾਰਨ ਇਹੀ ਹੈਗਾ ਵੀ ਬਾਹਰੀ ਮਨ ਆਪਣੇ ਹਿਸਾਬ ਦੇ ਨਾਲ ਗੱਲਾਂ ਫਿਲਟਰ ਕਰਕੇ ਅੰਤਰਮਨ ਤੱਕ ਭੇਜਦਾ ਆ। ਇਸੇ ਕਰਕੇ ਤੁਸੀਂ ਅਕਸਰ ਸੁਣਿਆ ਹੋਣਾ ਸਕਾਰਾਤਮਕ ਵਿਚਾਰਕ ਪੋਜ਼ੀਟਿਵ ਸਪੀਕਰ ਆ ਜਿਹੜੇ ਉਹ ਗੱਲ ਕਰਦੇ ਆ ਵੀ ਰਾਤ ਨੂੰ ਸੌਣ ਤੋਂ 5 ਮਿੰਟ ਪਹਿਲਾਂ ਅਤੇ ਸਵੇਰੇ ਉੱਠਣ ਤੋਂ 5 ਮਿੰਟ ਬਾਅਦ ਅਸੀਂ ਜਿਹੜੀ ਵੀ ਗੱਲ ਕਹਿੰਦੇ ਹਾਂ ਉਹ ਗੱਲ ਬੜੀ ਛੇਤੀ ਰਿਐਲਿਟੀ ਦੇ ਵਿੱਚ ਬਦਲ ਜਾਂਦੀ। ਉਹਦਾ ਕਾਰਨ ਇਹੀ ਹੁੰਦਾ ਵੀ ਬਾਹਰੀ ਮਨ ਦੀ ਬੜਬੜ ਆ ਜਿਹੜੀ ਸੌਣ ਤੋਂ 5 ਮਿੰਟ ਪਹਿਲਾਂ ਬਿਲਕੁਲ ਬੰਦ ਹੋ ਜਾਂਦੀ ਹੈ ਔਰ ਜਿਹੜੀ ਵੀ ਗੱਲ ਕਹੀ ਜਾਂਦੀ ਆ ਉਹ ਸਿੱਧੀ ਐਜ਼ ਇਟ ਇਜ਼ ਅੰਤਰਮਨ ਤੱਕ ਚਲੀ ਜਾਂਦੀ ਹੈ। ਦੂਜੇ ਪਾਸੇ ਸਵੇਰੇ ਉੱਠਦਿਆਂ ਸਾਰ ਹੀ ਬਾਹਰੀ ਮਨ ਜਿਹਦੀ ਬੜਬੜ ਬੰਦ ਹੁੰਦੀ ਹੈ ਪਹਿਲੇ 5 ਮਿੰਟ ਤੱਕ, ਉਸ ਸਮੇਂ ਅਸੀਂ ਜੋ ਵੀ ਸਕਾਰਾਤਮਕ ਵਿਚਾਰ ਦੁਹਰਾਉਂਦੇ ਹਾਂ ਉਹ ਜਿਹੜੇ ਰਿਐਲਿਟੀ ਦੇ ਵਿੱਚ ਬਦਲ ਜਾਂਦੇ ਆ। ਇਸੇ ਸੀਕਰੇਟ ਨੂੰ ਜਿਹੜੇ ਹੈਗੇ ਆ ਜਾਣਦੇ ਸੀਗੇ ਐਡੀਸਨ ਦੀ, ਐਡੀਸਨ ਜਿਹੜਾ ਕਿ ਐਵਰੇਜ ਬੱਚਾ ਸੀਗਾ ਉਹਦੀ ਮਾਤਾ ਇਹ ਸੀਕਰੇਟ ਜਾਣਦੀ ਸੀ, ਉਹਨੇ ਬੱਚੇ ਨੂੰ ਪੋਜ਼ੀਟਿਵ ਕਰ ਦਿੱਤਾ, ਅਤੇ ਜਦੋਂ ਉਹਨੂੰ ਪੋਜ਼ੀਟਿਵ ਕਰ ਦਿੱਤਾ ਤਾਂ ਦੇਖੋ ਉਹਨੇ ਜਦੋਂ ਬਲਬ ਦੀ ਖੋਜ ਕੀਤੀ 10,000 ਵਾਰ ਪ੍ਰਯੋਗ ਕਰਨ ਤੋਂ ਬਾਅਦ ਦੇ ਵਿੱਚ ਉਹਨੂੰ ਸਫਲਤਾ ਮਿਲੀ, ਕਿਉਂਕਿ ਉਹਨੂੰ ਪਤਾ ਸੀਗਾ ਵੀ ਮੈਂ ਕਰਤਾ ਨਹੀਂ ਹੈਗਾ, ਉਹ ਵਾਰ ਵਾਰ ਰਿਪੀਟ ਕਰਦਾ ਰਿਹਾ, ਕਿਉਂਕਿ ਜਿਹੜੀ ਵੀ ਕਮਾਂਡ ਅਸੀਂ ਅੰਤਰਮਨ ਨੂੰ ਦਿੰਦੇ ਅੰਤਰਮਨ ਬ੍ਰਹਿਮੰਡ ਦੇ ਨਾਲ ਜੁੜਿਆ ਹੋਣ ਕਰਕੇ ਅੰਤਰਮਨ ਉਸੇ ਚੀਜ਼ ਨੂੰ ਰਿਐਲਿਟੀ ਦੇ ਵਿੱਚ ਬਦਲ ਦਿੰਦਾ ਆ। ਤੁਸੀਂ ਡਿਸਕਵਰੀ ਚੈਨਲ ਦੇਖਦੇ ਹਾਂ, ਧੁਨੀ ਨਾਲੋਂ ਵੀ 5 ਗੁਣਾ 6 ਗੁਣਾ 7 ਗੁਣਾ ਤੇਜ਼ ਹਵਾਈ ਜਹਾਜ਼ ਜਿਹੜੇ ਉਹ ਬਣਾ ਲਏ ਗਏ ਆ।
ਇਹਦਾ ਕਾਰਨ ਇਹੀ ਆ ਵੀ ਉਹ ਲੋਕ ਇਸ ਸੀਕ੍ਰੇਟ ਨੂੰ ਜਾਣ ਗਏ, ਅੰਤਰਮਨ ਦੇ ਸੀਕ੍ਰੇਟ ਨੂੰ ਜਾਣਦੇ ਆ, ਉਹ ਬਾਹਰੋਂ ਕਮਾਂਡ ਦੇ ਕੇ ਉਹਦੇ ਅੰਤਰਮਨ ਨੂੰ ਫਿਰ ਉਹਦੇ ਉੱਤੇ ਕੰਮ ਸ਼ੁਰੂ ਕਰ ਦਿੰਦੇ ਆ। ਜਿਸ ਤਰ੍ਹਾਂ ਡਾਕਟਰ APJ ਕਲਾਮ ਕਹਿੰਦੇ ਸੀਗੇ ਵੀ ਜਿਹੜੇ ਮਨੁੱਖ ਸੁਪਨੇ ਲੈਂਦੇ ਆ, ਸੁਪਨੇ ਲੈ ਕੇ ਨਿਰੰਤਰ ਉਹਦੇ ਉੱਤੇ ਕੰਮ ਕਰਦੇ ਆ ਤਾਂ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਉਹਨਾਂ ਦੀ ਇੱਛਾ ਪੂਰਤੀ ਦੇ ਲਈ ਕਾਰਜਸ਼ੀਲ ਹੋ ਜਾਂਦੀਆਂ। ਇਹਦਾ ਕਾਰਨ ਇਹੀ ਹੈ ਵੀ ਉਹ ਅੰਤਰਮਨ ਦੀ ਤਾਕਤ ਨੂੰ ਜਾਣਦੇ ਹੁੰਦੇ ਆ ਤਾਂ ਉਹ ਇੱਕ ਸੁਪਨਾ ਲੈ ਕੇ ਉਹਨੂੰ ਰਿਐਲਿਟੀ ਦੇ ਵਿੱਚ ਬਦਲਣ ਦੇ ਲਈ ਲਗਾਤਾਰ ਕੰਮ ਸ਼ੁਰੂ ਕਰ ਦਿੰਦੇ ਆ। ਇਸੇ ਬਾਰੇ ਮਹਾਤਮਾ ਬੁੱਧ ਨੇ ਇਹ ਕਹਿਤਾ ਸੀ ਵੀ ਮਨੁੱਖ ਆਪਣੇ ਬਾਰੇ ਜਿਹੋ ਜਿਹਾ ਸੋਚਦਾ ਹੈ ਉਹੋ ਜਿਹਾ ਬਣ ਜਾਂਦਾ ਹੈ। ਇਹਦਾ ਕਾਰਨ ਇਹੀ ਸੀ ਵੀ ਬਾਹਰੀ ਮਨ ਰਾਹੀਂ ਜੋ ਕੁਛ ਕਮਾਂਡ ਅੰਤਰਮਨ ਨੂੰ ਦੇ ਦਿੱਤੀ ਜਾਂਦੀ ਹੈ, ਜੋ ਬਾਹਰੀ ਮਨ ਦਾ ਵਿਸ਼ਵਾਸ ਹੁੰਦਾ, ਅੰਤਰਮਨ ਉਸੇ ਤਰ੍ਹਾਂ ਦੀ ਸਾਡੇ ਜੀਵਨ ਦੇ ਵਿੱਚ ਰਿਐਲਿਟੀ ਕ੍ਰੀਏਟ ਕਰ ਦਿੰਦਾ ਆ। ਤਾਂ ਲਗਾਤਾਰ ਸੋਚਣ ਦੇ ਨਾਲ ਹੀ ਜਿਹੜਾ ਐਜ਼ ਇਟ ਇਜ਼ ਸੋਚਦਾ ਉਹ ਮਨ ਅਤੇ ਅੰਤਰਮਨ ਤੱਕ ਐਜ਼ ਇਟ ਇਜ਼ ਮੈਸੇਜ ਆਉਂਦੇ, ਉਸੇ ਤਰ੍ਹਾਂ ਦਾ ਜੀਵਨ ਆ ਜਿਹੜਾ ਸਾਡਾ ਬਣ ਜਾਂਦਾ ਆ। ਹੁਣ ਅੱਜ ਆਪਾਂ ਵਿਸ਼ੇਸ਼ ਰੂਪ ਵਿੱਚ ਇਹ ਗੱਲ ਕਰਨੀ ਹੈ ਵੀ ਜਿਹੜਾ ਬਾਹਰੀ ਭਾਵੇਂ ਸਾਡਾ ਬਾਹਰੀ ਮਨ ਆ ਜਿਹੜਾ ਉਹ ਸਕਾਰਾਤਮਕ ਗੱਲਾਂ ਸੁਣਦਾ, ਸਤਿਆਵੀ ਵਿਚਾਰ ਸੁਣਦਾ ਆ, ਪਰ ਜੀਵਨ ਦੇ ਵਿੱਚ ਤਬਦੀਲੀ ਕਿਉਂ ਨਹੀਂ ਆਉਂਦੀ? ਜੀਵਨ ਦੇ ਵਿੱਚ ਤਬਦੀਲੀ ਨਾ ਆਉਣ ਦਾ ਕਾਰਨ ਇੱਕੋ ਇੱਕ ਕਾਰਨ ਬਣਦਾ ਆ ਵੀ ਉਹ ਅੰਤਰਮਨ ਤੱਕ ਐਜ਼ ਇਟ ਇਜ਼ ਗੱਲ ਜਾਂਦੀ ਨਹੀਂ। ਜਿਹੜੀ ਗੱਲ ਸੁਣਦਾ ਬਾਹਰੀ ਮਨ ਉਹਨੂੰ ਫਿਲਟਰ ਲਾ ਦਿੰਦਾ ਆ। ਜਿਹੜੇ ਹੈਗੇ ਆ ਚਾਈਨਾ ਦੇ ਮਹਾਤਮਾ ਹੋਏ ਆ ਲਾਓਤਸੇ, ਉਹ ਜਿਹੜੇ ਕਹਿੰਦੇ ਸੀਗੇ ਵੀ ਜੇਕਰ ਅਸੀਂ ਜੀਵਨ ਤਬਦੀਲੀ ਦੀ ਮੱਛੀ ਆ ਜਿਹੜੀ ਉਹ ਬਾਹਰੀ ਮਨ 'ਚ ਦੀ, ਜਦੋਂ ਮੰਨ ਲਓ ਬਾਹਰੀ ਮਨ ਦੇ ਵਿੱਚ ਅਸੀਂ ਕੁੰਡੀ ਪਾਈ ਬੈਠੇ ਹਾਂ, ਅਸੀਂ ਗੱਲਾਂ ਬਾਹਰੋਂ ਬਾਹਰ ਸੁਣ ਰਹੇ ਹਾਂ, ਪੋਜ਼ਿਟਿਵ ਗੱਲਾਂ ਸੁਣ ਰਹੇ ਹਾਂ, ਇੱਦਾਂ ਹੋ ਜਾਂਦਾ ਇੱਦਾਂ ਹੋ ਜਾਂਦਾ ਆ, ਉਹ ਸੁਣ ਕੇ ਅਸੀਂ ਛੱਡ ਦਿੰਦੇ ਹਾਂ, ਪਰ ਉਹ ਬਾਹਰੀ ਮਨ ਤੱਕ ਜੇ ਗੱਲਾਂ ਰਹਿ ਜਾਂਦੀਆਂ ਤਾਂ ਇੱਥੇ ਜੀਵਨ ਤਬਦੀਲੀ ਦੀ ਮੱਛੀ ਹੈ ਹੀ ਨਹੀਂ, ਟਰਾਂਸਫੋਰਮੇਸ਼ਨ ਸਾਡੇ ਜੀਵਨ ਦੀ ਹੁੰਦੀ ਨਹੀਂ। ਇਹਦਾ ਕਾਰਨ ਇਹ ਹੈ ਵੀ ਆਹ ਬਾਹਰੀ ਮਨ ਨੂੰ ਰਿਪ੍ਰਜੈਂਟ ਕਰ ਰਹੀ ਹੈ ਬਾਲਟੀ, ਅਤੇ ਆਹ ਅੰਤਰਮਨ ਨੂੰ। ਬਾਹਰੀ ਮਨ ਅਤੇ ਅੰਤਰਮਨ ਆਪਸ ਦੇ ਵਿੱਚ ਜੁੜੇ ਹੋਏ ਆ, ਇਹਨੂੰ ਆਪਾਂ ਡਿਫਰੈਂਟ ਪਿਕਚਰਾਂ ਨਾਲ ਪਹਿਲਾਂ ਵੀ ਸਮਝ ਚੁੱਕੇ ਹਾਂ। ਹੁਣ ਜੀਵਨ ਤਬਦੀਲੀ ਦੀ ਟਰਾਂਸਫੋਰਮੇਸ਼ਨ ਤਾਂ ਹੁੰਦੀ ਹੈ ਜੇਕਰ ਇਹ ਕੁੰਡੀ ਅੰਤਰਮਨ ਤੱਕ ਪਹੁੰਚਾਈ ਜਾਵੇ, ਔਰ ਬਾਹਰੀ ਮਨ ਤੋਂ ਅੰਤਰਮਨ ਤੱਕ ਗੱਲ ਪਹੁੰਚਾਉਣ ਦਾ ਕੇਵਲ ਅਤੇ ਕੇਵਲ ਇੱਕ ਹੀ ਢੰਗ ਹੈਗਾ ਹੈ ਵੀ ਸਕਾਰਾਤਮਕ ਸ਼ਬਦਾਂ ਨੂੰ, ਜਿਹੜੀ ਚੀਜ਼ ਨੂੰ ਅਸੀਂ ਰਿਐਲਿਟੀ ਦੇ ਵਿੱਚ ਬਦਲਣਾ ਚਾਹੁੰਦੇ ਹਾਂ ਉਹਨੂੰ ਵਾਰ-ਵਾਰ ਜਦੋਂ ਅਸੀਂ ਸੁਣਦੇ ਜਾਵਾਂਗੇ ਤਾਂ ਕੀ ਹੁੰਦਾ ਹੈ, ਇਹ ਜਿਹੜੀ ਕੁੰਡੀ ਆ ਬਾਹਰੀ ਮਨ ਦੇ ਰਾਹੀਂ ਹੁੰਦੀ ਹੋਈ ਅੰਤਰਮਨ ਤੱਕ ਪਹੁੰਚ ਜਾਂਦੀ ਆ। ਅੰਤਰਮਨ ਦੇ ਵਿੱਚ ਟਰਾਂਸਫੋਰਮੇਸ਼ਨ ਰੂਪੀ ਮੱਛੀ ਆ ਜਿਹੜੀ ਉਹ ਐਗਜ਼ਿਸਟ ਕਰਦੀ ਆ, ਔਰ ਜਿਉਂ ਹੀ ਸਕਾਰਾਤਮਕ ਗੱਲਾਂ ਸਤਿਆਵੀ ਵਿਚਾਰ ਸਾਡੇ ਅੰਤਰਮਨ ਤੱਕ ਪਹੁੰਚਦੇ ਆ ਤਾਂ ਸਾਡਾ ਜੀਵਨ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਆ। ਤਾਂ ਮੈਂ ਹੁਣ ਇੱਥੇ ਫਿਰ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਟਰਾਂਸਫੋਰਮੇਸ਼ਨ ਸਿਰਫ ਉਦੋਂ ਹੀ ਹੋਣੀ ਆ ਜਦੋਂ ਇਹ ਸਕਾਰਾਤਮਕ ਗੱਲਾਂ ਸਾਡੇ ਅੰਤਰਮਨ ਤੱਕ ਪਹੁੰਚ ਜਾਂਦੀਆਂ ਆ। ਤਾਂ ਸਵਾਮੀ ਵਿਵੇਕਾਨੰਦ ਨੇ ਵੀ ਇਹਦੇ ਬਾਰੇ ਇਸੇ ਬਾਰੇ ਹੀ ਕਿਹਾ ਸੀਗਾ ਵੀ ਬ੍ਰਹਿਮੰਡ ਦੀਆਂ ਸਾਰੀਆਂ ਸ਼ਕਤੀਆਂ ਸ਼ੁਰੂ ਤੋਂ ਹੀ ਸਾਡੀਆਂ ਆ, ਪਰ ਅਸੀਂ ਉਹਨਾਂ ਦੇ ਪ੍ਰਤੀ ਅੱਖਾਂ ਮੀਚ ਕੇ ਬੈਠੇ ਹੋਏ ਹਾਂ, ਉਹ ਫਿਰ ਕਹਿੰਦੇ ਹਾਂ ਬੜਾ ਹਨੇਰਾ ਹੈਗਾ। ਸੋ ਇਹ ਸੀ ਜੀ ਅੰਤਰਮਨ ਅਤੇ ਬਾਹਰੀ ਮਨ ਦੇ ਵਿਚਾਰ, ਸਾਡਾ ਜੀਵਨ ਕਿਸ ਤਰ੍ਹਾਂ ਟਰਾਂਸਫੋਰਮੇਸ਼ਨ ਹੋ ਸਕਦਾ ਹੈ। ਤੁਸੀਂ ਇਹ ਵਿਚਾਰ ਸੁਣ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।